ਦੋਸਤੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਬੋਹੀਮੀਆ ਦੇ ਟੂਰ ਚੱਲ ਰਹੇ ਨੇ ਐਂਡ ਪਾਕਿਸਤਾਨ ਦੇ ਵਿੱਚ ਲਾਈਵ ਕੰਸਰਟ ਚੱਲ ਰਹੇ ਨੇ। ਕੱਲ੍ਹ ਇਸਲਾਮਾਬਾਦ ਦੇ ਵਿੱਚ ਬੋਹੀਮੀਆ ਸਰ ਦਾ ਲਾਈਵ ਕੰਸਰਟ ਸੀ, ਜਿਸ ਦੇ ਦੌਰਾਨ ਤੁਹਾਨੂੰ ਤਾਂ ਪਤਾ ਹੀ ਹੈ ਦੋਸਤੋ ਉੱਥੇ ਦੀ ਔਡੀਅੰਸ ਆ ਉਹ ਸਿੱਧੂ ਮੂਸੇਵਾਲ ਦੀ ਬਹੁਤ ਜ਼ਿਆਦਾ ਕੱਟੜ ਫੈਨ ਆ, ਅਤੇ ਜਦੋਂ ਸਿੱਧੂ ਦਾ ਗਾਣਾ ਚੱਲਦਾ ਆ ਤਾਂ ਫਿਰ ਅਲੱਗ ਹੀ ਨਜ਼ਾਰਾ ਆਉਂਦਾ ਹੈ, ਅਤੇ ਬੋਹੀਮੀਆ ਵੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਆ ਸਿੱਧੂ ਮੂਸੇਵਾਲ ਦੀ। ਜਦੋਂ ਸੇਮ ਬੀਫ ਚੱਲਿਆ ਸਟੇਜ ਦੇ ਉੱਤੇ ਤਾਂ ਫਿਰ ਨਜ਼ਾਰਾ ਦੇਖਣ ਵਾਲਾ ਸੀ। ਤੁਸੀਂ ਵੀ ਦੇਖੋ ਉਹ ਵੀਡੀਓ, ਬੋਹੀਮੀਆ ਨੇ ਟ੍ਰਿਬਿਊਟ ਦਿੱਤਾ ਮੂਸੇਵਾਲੇ ਜੱਟ ਨੂੰ। ਇੱਥੇ ਰਿਸਪੈਕਟ ਆ ਬੋਹੀਮੀਆ ਦੇ ਲਈ ਜੋ ਸਿੱਧੂ ਨੂੰ ਹਮੇਸ਼ਾ ਯਾਦ ਰੱਖਦਾ ਆਪਣੇ ਲਾਈਵ ਕੰਸਰਟ ਦੇ ਦੌਰਾਨ। ਬਾਕੀ ਜਿਹੜੇ ਫੈਨ ਫੋਲੋਇੰਗ ਆ ਪਾਕਿਸਤਾਨ ਦੇ ਵਿੱਚ ਸਿੱਧੂ ਮੂਸੇਵਾਲੇ ਦੀ, ਉਸਦਾ ਤਾਂ ਕੋਈ ਜਵਾਬ ਹੀ ਨਹੀਂ, ਇੱਕ ਤੋਂ ਇੱਕ ਕੱਟੜ ਫੈਨ ਪਏ ਨੇ ਸਿੱਧੂ ਮੂਸੇਵਾਲੇ ਦੇ। ਬਾਕੀ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਹੋ, ਸਪੋਟੀਫਾਈ ਰੈਪ ਆਉਣ ਵਾਲਾ 2024 ਤੋਂ ਸਟ੍ਰੀਮ ਕਰੋ ਜਾ ਕੇ, ਪਿਛਲੇ ਪਾਰ ਤੋਂ ਜ਼ਿਆਦਾ ਸਟ੍ਰੀਮਸ ਆਉਣੀਆਂ ਚਾਹੀਦੀਆਂ। ਪਿਛਲੀ ਵਾਰ 1.4 ਬਿਲੀਅਨ ਸੀ, ਹੁਣ ਤੁਸੀਂ ਸੋਚ ਲਓ ਕਿੰਨੀਆਂ ਸਟ੍ਰੀਮਸ ਕਰਨੀਆਂ ਨੇ।